ਵੋਟਾਂ ਸਰਪੰਚੀ ਵਾਲੀਆਂ ਵੀ ਨੇੜੇ ਹੀ ਆ ਨਾ ਭਰਾਵਾ ਤੇ ਆਸੇ ਪਾਸੇ ਵਾਲੇ ਫਿਰ ਤਾਂ ਨਹੀਂ ਨਹੀਂ ਆਖੀ ਜਾਣ ਬਈ ਮੈਂ ਹਵਾ ਮੈਂ ਪੰਪ ਲੈਂਦੇ ਹੀ ਨਹੀਂ 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 ਜਿਹੜਾ ਬੋਕੀ ਵਾਲਾ ਮਾਰ ਪੰਪ ਪਿੰਡ 'ਚ ਹੋਰ ਬਹੁਤ ਤਿਆਰ ਹੋਣਗੇ ਹੁਣ ਤਾਂ ਸਾਡੇ ਤਾਂ ਬਹੁਤ ਆ ਸਾਡੇ ਤਾਂ ਮੈਨੂੰ ਲੱਗਦਾ 12-13 ਜਾਣੇ ਮੰਤਰੀ ਬਣ ਕੇ ਪੈਂਦੇ ਆ ਐਡੀ ਵੀ ਨਹੀਂ ਗੱਲ ਮੈਨੂੰ ਮਾਣ ਵੀ ਆ ਭਗਵੰਤ ਮਾਨ ਤੇ ਗੱਲ ਮੰਨਦਾ ਹਰੇਕ ਦੀ ਪਰ ਜੇ ਕਿਤੇ ਸੁਖਬੀਰ ਬਾਦਲ ਹੁੰਦਾ ਉਦੋਂ ਤਾਂ ਮੈਂ ਧੱਕੇ ਨਾਲ ਹੀ ਲਵਾ ਦਿੰਦਾ ਮੈਨੂੰ ਪਤਾ ਉਹ ਮੇਰੇ ਵਰਗੇ ਹੀ ਆ ਜੱਟ ਬਿਲਕੁਲ ਜਿਹੜੀ ਗੱਲ ਕਹਿਤੀ ਪਾਰ ਇਹਦੀ ਟੱਟੂ ਪਾਰ ਆ ਸਾਡੇ ਜਿਹੜੇ ਘੋੜੀਆਂ ਜਿਹੜਾ ਸਾਡਾ ਘੋੜੀਆਂ ਵਾਲਾ ਪਰਿਵਾਰ ਆ ਨਾ ਸਾਡੇ ਤਾਂ ਦਿਲ ਹੀ ਜਿਹੜੇ ਆ ਪ੍ਰਾਂਤਾਂ ਜਿਹੜੇ ਸਹੀ ਗੱਲ ਸਾਨੂੰ ਤਾਂ ਓਨਾ ਚਿਰ ਮੰਨ ਕੇ ਚੱਲ ਨਾ ਸਕੂਨ ਜਿਹਾ ਹੀ ਨਹੀਂ ਆਉਂਦਾ ਜਿੰਨਾ ਚਿਰ ਘਰੇ ਕੋਈ ਆ ਤੁਹਾਨੂੰ 10-20 ਜਾਣੇ ਚਾਹ ਨਾ ਪੀ ਕੇ ਜਾਣ ਰਾਜਾ ਰਾਜਾ ਬਈ ਸੀਐਮ ਬਣੂਗਾ ਤਾਂ ਸੀ ਪਰ ਐਡੀ ਛੇਤੀ ਨੀ ਹਜੇ ਪੈਰ ਥੱਲੇ ਖਿੱਚਣ ਵਾਲੇ ਬਹੁਤ ਆ ਟੂਟੀ ਵਾਲੀ ਤਾਂ ਬਣਦਾ ਹੈ ਜੇ ਉਧਰੋਂ ਭਰਜਾਈ ਵੀ ਫੀਲਿੰਗ ਲੈਂਦੀ ਹੈ ਵੀ ਕਿਤੇ ਮੁੱਖ ਮੰਤਰੀ ਦੇ ਘਰਾਂ ਵਾਲੀ ਬਣਾ ਹਨਾ ਘੋੜੀਆਂ ਨਾਲ ਬੜਾ ਪ੍ਰੇਮ ਆ ਤੇਰਾ ਬਈ ਘੋੜੀਆਂ ਨਾਲ ਤਾਂ ਮੁੱਢ ਤੋਂ ਹੀ ਆ ਘੋੜੀਆਂ ਤਾਂ ਅੱਜ ਵੀ ਆਪਣੀਆਂ ਉਵੇਂ ਹੀ ਆ ਘੋੜੀਆਂ ਤੇ ਮੈਂ ਬਈ ਸਪੈਸ਼ਲ ਬੰਦਾ ਲਾਤਾ ਹਾਂ ਮੈਂ ਕਿਹਾ ਵੀ ਆਪਣਾ ਆਪਦਾ ਟਾਈਮ ਨਹੀਂ ਮਿਲਦਾ ਹਨਾ ਬਿਲਕੁਲ ਮੈਂ ਬੰਦਾ ਲਾਤਾ ਸਪੈਸ਼ਲ ਮੈਨੂੰ ਆਹ ਕਿੰਨੇ ਪੈਸੇ ਦੇ ਮੈਂ ਬਈ ਮੈਂ ਤਾਂ 1,00,000 ਰੁਪਇਆ ਦੇਊਂਗਾ ਆਹਦਾ ਯਾਰ ਲੈ ਜਾ ਚੱਲ ਬਿਲਕੁਲ ਉਹ ਜਦੋਂ ਸ਼ਾਮ ਨੂੰ ਗੱਲ ਹੋਈ ਮੈਨੂੰ ਕਹਿੰਦਾ ਮੈਂ ਸੱਚੀ ਦੇਤੀ ਤੈਨੂੰ ਘੋੜੀ ਮੈਂ ਕਿਹਾ ਚੱਲ ਲੈ ਜਾ ਕੱਲ ਮੈਂ ਲੈ ਆਊਂਗਾ ਪਰ ਮੈਂ ਕਿਹਾ ਪੇਮੈਂਟ ਹੈ ਨਹੀਂ ਗਰੀਬ ਹੀ ਆ ਮੈਂ ਘਰੋਂ ਮੈਂ ਕਿਹਾ ਐਡਾ ਬਾਹਲਾ ਨਹੀਂ ਜਾਇਦਾਦ ਦਾ ਮਾਲਕ ਕਿ ਨਹੀਂ ਇਹ ਬਈ ਇਹ ਜੇ ਮੇਲੇ ਲੱਗਣੇ ਜਾਂ ਸ਼ੋਅ ਹੋਣੇ ਜ਼ਰੂਰੀ ਆ ਇਹ ਗੱਲ ਕੰਨੀ ਦਾ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ ਮੈਂ ਤਾਂ ਨਾ ਕਬੱਡੀ ਕੱਪ ਵੀ ਹੋਣਾ ਚਾਹੀਦਾ ਆਪਣੇ ਸਰਕਾਰੀ ਕਬੱਡੀ ਕੱਪ ਬੰਦ ਕਰਾਤਾ ਬਿਲਕੁਲ ਉਹ ਫਿਰ ਮੈਨੂੰ ਲੋਕ ਆਖ ਦੇਣਗੇ ਵੀ ਉੱਥੇ ਜਾ ਕੇ ਤੁੱਕ ਖੜ ਜਾਂਦੀ ਆ ਜਦੋਂ ਬੰਦੇ ਨਾ ਬਾਹਰ ਚੋਂ ਆ ਕੇ ਮੁੜ ਜਾਂਦੇ ਊਂ ਤਾਂ ਘਰੇ ਖਰ ਡਿਊਟੀ ਲਾਈ ਆ ਮਾਤਾ ਦੀ ਤੇ ਪਿਤਾ ਦੀ ਵੀ ਹਰੇਕ ਨੂੰ ਚਾਹ ਪਾਣੀ ਰੋਟੀ ਟੁੱਕ ਖਵਾ ਕੇ ਤੋਰਨਾ ਪਰ ਫਿਰ ਵੀ ਯਾਰ ਹਨਾ ਮੈਨੂੰ ਆਪ ਨੂੰ ਸ਼ਰਮ ਜੀ ਆਉਂਦੀ ਹੈ ਵੀ ਯਾਰ ਅਗਲਾ ਜਾਂਦਾ ਗਾਲਾਂ ਨਾ ਕੱਢਦਾ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਮਾਲਵਾ ਅਤੇ ਮੈਂ ਹਾਂ ਹਰਵਿੰਦਰ ਬਰਾੜ ਦੋਸਤੋ ਅੱਜ ਜਿਸ ਵਿਅਕਤੀ ਨੂੰ ਮੈਂ ਮਿਲਾਉਣ ਜਾ ਰਿਹਾ ਜਮਾਂ ਜੱਟ ਬੰਦਾ ਅਤੇ ਬਾਈ ਦੀਆਂ ਗੱਲਾਂ ਵੀ ਇੰਨੀਆਂ ਸੱਚੀਆਂ ਹੁੰਦੀਆਂ ਵੀ ਤੁਸੀਂ ਸੁਣ ਕੇ ਸਵਾਦ ਲੈਂਦੇ ਹੋ ਅਤੇ ਗੱਲਾਂ ਵੀ ਇੰਨੀਆਂ ਟਕਾ ਟਕਾ ਕੇ ਧੋਂਦਾ ਨਾ ਅਤੇ ਵੀ ਤੁਸੀਂ ਸਾਰੇ ਇੰਨਾ ਕੁ ਪਿਆਰ ਦਿੰਦੇ ਹੋ ਤੇ ਤੁਸੀਂ ਮੈਂ ਬਾਈ ਮੜਾ ਕੈਮਰਾ ਮਰੋ ਅੱਜ ਆਪਾਂ ਪਹੁੰਚੇ ਆ ਬਾਈ ਗੁਰਪ੍ਰੀਤ ਗੋਪੀ ਕੋਲ ਥੈਂਕ ਯੂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਘਰੇ ਪਹੁੰਚੇ ਆਪਣੇ ਬਹੁਤ ਬਹੁਤ ਧੰਨਵਾਦ ਬਾਈ ਬਾਈ ਪਹਿਲੀ ਗੱਲ ਤਾਂ ਇਹ ਵੀ ਗੁਰਪ੍ਰੀਤ ਮੈਂ ਇੱਥੋਂ ਸ਼ੁਰੂ ਕਰੂੰਗਾ ਵੀ ਤੁਹਾਡੇ ਨਾਲ ਹੋਰ ਬਹੁਤ ਸਾਰੇ ਭਰਾ ਤੁਹਾਡੇ ਨਾਲ ਗੱਲਾਂ ਕਰਦੇ ਖੇਤੀਬਾੜੀ ਬਾਰੇ ਬਾਈ ਗੁਰਪ੍ਰੀਤ ਐਂ ਦੱਸ ਜਿਹੜਾ ਗੁਰਪ੍ਰੀਤ ਬਾਈ ਨੂੰ ਅਸੀਂ ਪਹਿਲੀ ਵੀਡੀਓ ਦੇਖਿਆ ਸੀ ਉਹ ਪੱਠੇ ਵੱਢੀ ਜਾਂਦਾ ਤੇ ਗੱਡੀ ਤੇ ਲੱਦੀ ਜਾਂਦਾ ਤੇ ਅੱਜ ਵਾਲੇ ਗੁਰਪ੍ਰੀਤ ਨੂੰ ਮਿਲ ਕੇ ਸਾਨੂੰ ਤਾਂ ਉਵੇਂ ਹੀ ਲੱਗਦਾ ਪਰ ਤੁਸੀਂ ਵਰਲਡ ਵਾਈਡ ਅੱਜ ਗੁਰਪ੍ਰੀਤ ਦਾ ਨਾਮ ਨਹੀਂ ਨਹੀਂ ਬਾਈ ਇਹਦੇ 'ਚ ਐਂ ਹੁੰਦਾ ਹਨਾ ਇਹ ਤਾਂ ਆਪੋ ਆਪਣੀ ਸੋਚ ਆ ਬਈ ਆਪਾਂ ਅੱਜ ਵੀ ਬੰਦੇ ਤਾਂ ਉਹੀ ਆ ਬਿਲਕੁਲ ਅੱਜ ਤੋਂ 2 ਸਾਲ ਵੀ ਪਹਿਲਾਂ ਅਸੀਂ ਤੇ 4 ਸਾਲ ਵੀ ਉਹੀ ਰਹਿਣਾ ਤੇ ਜੇ ਬਈ ਮੰਨ ਕੇ ਚੱਲੋ ਲੋਕ ਹਨਾ ਇੰਨਾ ਪਿਆਰ ਕਰਨ ਲੱਗ ਪਏ ਜਾਂ ਭੈਣ ਭਰਾ ਫੋਨ ਕਰਨ ਲੱਗ ਪਏ ਜਾਂ ਤੁਸੀਂ ਬਈ ਜਿੰਨੇ ਵੀ ਯੂਟਿਊਬਰ ਆ ਮੇਰੇ ਕੋਲੇ ਆਉਣ ਲੱਗ ਪਏ ਹਾਂਜੀ ਤੇ ਫਿਰ ਉਹ ਫੂਕ ਥੋੜਾ ਚੱਕਣੀ ਹੁੰਦੀ ਆ ਬਿਲਕੁਲ ਫੂਕ ਤਾਂ ਬਈ ਸਿੱਧੂ ਮੂਸੇ ਵਾਲੇ ਨੇ ਨਹੀਂ ਚੱਕੀ ਜਿਹੜਾ ਉਹ ਦੇਸ਼ਾਂ 'ਚ ਵੀ ਬੋਲ ਪਿਆ ਜਿੱਥੇ ਕੋਈ ਆਪਣਾ ਪੰਜਾਬੀ ਜਾ ਕੇ ਬੋਲਿਆ ਨਹੀਂ ਸੀ ਬਿਲਕੁਲ ਬਾਈ ਤੇ ਅੱਜ ਉਹ ਬੰਦੇ ਦੇ ਦੇਸੀਪਨ ਨੂੰ ਹੀ ਅੱਜ ਵੀ ਦੁਨੀਆਂ ਉੱਥੇ ਜਾ ਕੇ ਰੋਂਦੀ ਹੈ ਨਾ ਬੰਦੇ ਬਈ ਜਦੋਂ ਬੰਦਾ ਐਟੀਟਿਊਡ ਜਿਹਾ ਲੈ ਜਾਂਦਾ ਨਾ ਵੀ ਖਣੀ ਮੈਂ ਹੀ ਆ ਦੁਨੀਆਂ ਤੇ ਹਨਾ ਉਦੋਂ ਫਿਰ ਉਹ ਥੋੜੇ ਚਿਰ ਤੇ ਪਰਾਉਣਾ ਹੁੰਦਾ ਸਹੀ ਗੱਲ ਬਾਈ ਮੈਂ ਤਾਂ ਬਈ ਅੱਜ ਵੀ ਉਹੀ ਹਾਂ ਅੱਜ ਆਪਾਂ ਘਰੇ ਸੀਗੇ ਊਂ ਤਾਂ ਆਪਦੇ ਵੀ ਮੰਨ ਕੇ ਚੱਲ ਕੰਮ ਤੇ ਜਾਈਦਾ ਹਨਾ ਜਿਵੇਂ ਘੋੜੇ ਫਲਮਾਉਣਾ ਜਾਂ ਦੁਕਾਨਾਂ ਤੇ ਪ੍ਰਮੋਸ਼ਨਾਂ ਕਰਨ ਜਾਣਾ ਚਲੋ ਆਪਣਾ ਉਹ ਕਿੱਤਾ ਬਣ ਗਿਆ ਇੱਕ ਆਪਾਂ ਨੂੰ ਲੋਕਾਂ ਨੇ ਪਿਆਰ ਕੀਤਾ ਸਾਦੇ ਆ ਹਨਾ ਘੋੜੇ ਵਾਲੇ ਭਰਾਵਾਂ ਤਾਂ ਮੈਨੂੰ ਇੰਨਾ ਕੁ ਪਿਆਰ ਕਰਦੇ ਵੀ ਗੱਲਾਂ ਛੱਡਦੇ ਤੇ ਆਪਾਂ ਵੀ ਬਈ ਟੂਰਨਾਮੈਂਟਾਂ ਤੇ ਜਿਹੜੇ ਭਰਾ ਸਾਦੇ ਉੱਥੇ ਵੀ ਜਾਂਦੇ ਹਾਂ ਜਿੱਥੇ ਯਾਰ ਬਈ ਮੰਨ ਕੇ ਚੱਲ ਆਪਾਂ ਨੂੰ ਬਹਿਣ ਦਾ ਘਰੇ ਸਮਾਂ ਨਹੀਂ ਵੀ ਅੱਜ ਲੋਕ ਸਾਰਾ ਜ਼ਿਮੀਂਦਾਰ ਆ ਕਣਕਾਂ ਕੁਣਕਾਂ ਬੀਜ ਕੇ ਵਿਹਲਾ ਕੋਰਾਂ ਭਿਉਂ ਕੇ ਬਿਲਕੁਲ ਲੋਕ ਸਾਡੇ ਪਿੰਡ ਦੇ ਜ਼ਿਆਦਾਤਰ ਜਿੰਨੇ ਵੀ ਜੱਟ ਭਾਈਚਾਰਾ ਸਾਡਾ ਹਨਾ ਵਿਹਲੇ ਆ ਇਕੱਲੇ ਪਸ਼ੂਆਂ ਨੂੰ ਪੱਠੇ ਪਾ ਕੇ ਮੇਰੇ ਕੋਲੇ ਟਾਈਮ ਹੀ ਹੈ ਨਹੀਂ ਘਰੇ ਖੜਨ ਦਾ ਘੋੜੀਆਂ ਨਾਲ ਬੜਾ ਪ੍ਰੇਮ ਆ ਤੇਰਾ ਬਈ ਘੋੜੀਆਂ ਨਾਲ ਤਾਂ ਮੁੱਢ ਤੋਂ ਹੀ ਆ ਘੋੜੀਆਂ ਤਾਂ ਅੱਜ ਵੀ ਆਪਣੀਆਂ ਉਵੇਂ ਹੀ ਆ ਘੋੜੀਆਂ ਤੇ ਮੈਂ ਬਈ ਸਪੈਸ਼ਲ ਬੰਦਾ ਲਾਤਾ ਹਾਂ
ਮੈਂ ਕਿਹਾ ਵੀ ਆਪਣਾ ਆਪਦਾ ਟਾਈਮ ਨਹੀਂ ਮਿਲਦਾ ਹੈ ਨਾ, ਬਿਲਕੁਲ ਮੈਂ ਬੰਦਾ ਲਾਤਾ ਸਪੈਸ਼ਲ ਤੇ ਬਾਈ ਇੱਕ ਘੋੜੀ ਕਹਿੰਦੇ ਨਵੀਂ ਵੀ ਲਿਆਇਆ ਤੂੰ? ਹਾਂ ਬਾਈ ਉਹ ਬਾਈ ਗੋਲਟ ਆ ਇੱਥੋਂ ਖੇਮੂਆਣੇ ਦਾ, ਆਪਣਾ ਯਾਰ ਦੋਸਤੀ ਆ ਉਹ ਉਹੀ ਬਸ ਬਈ ਮੇਲੇ 'ਚ ਬੈਠੇ ਸੀਗੇ, ਕੋਈ ਗੱਲ ਵੀ ਨਹੀਂ ਸੀਗੀ ਆਪਣੀ ਤਾਂ ਘੋੜੀ ਲੈਣ ਦੀ। ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਜਾਂ ਤਾਂ ਘੋੜੀ ਲਾਇਆ ਤੇ ਜਾਂ ਦੇ ਦੇ ਵੀ ਆਪਣੇ ਕੋਲ ਇੱਕੋ ਜਿਹੇ ਰੰਗ ਦੀਆਂ। ਉਹ ਕਹਿੰਦਾ ਯਾਰ ਤੇਰੀ ਘੋੜੀ ਗੱਭਣਾ ਖਾਲੀ ਹੈ ਤੂੰ ਹੀ ਲੈ ਜਾ। ਠੀਕ ਮੈਂ ਮੈਨੂੰ ਆਹਦਾ ਕਿੰਨੇ ਪੈਸੇ ਦੇ ਦੇ? ਮੈਂ ਵੀ ਮੈਂ ਤਾਂ 1,00,000 ਰੁਪਇਆ ਦੇਊਂਗਾ, ਆਹਦਾ ਯਾਰ ਲੈ ਜਾ ਚੱਲ। ਬਿਲਕੁਲ ਉਹ ਜਦੋਂ ਸ਼ਾਮ ਨੂੰ ਗੱਲ ਹੋਈ ਮੈਨੂੰ ਕਹਿੰਦਾ ਮੈਂ ਸੱਚੀ ਦੇਤੀ ਤੈਨੂੰ ਘੋੜੀ? ਮੈਂ ਕਿਹਾ ਚੱਲ ਲੈ ਜਾ ਕੱਲ ਮੈਂ ਲੈ ਆਊਂਗਾ, ਪਰ ਮੈਂ ਕਿਹਾ ਪੇਮੈਂਟ ਹੈ ਨਹੀਂ, ਗਰੀਬ ਹੀ ਹਾਂ ਮੈਂ ਘਰੋਂ, ਮੈਂ ਕਿਹਾ ਐਡਾ ਬਾਹਲਾ ਨਹੀਂ ਜਾਇਦਾਦ ਦਾ ਮਾਲਕ ਕਿ ਨਹੀਂ। ਤੇ ਮੈਨੂੰ ਕਹਿੰਦਾ ਯਾਰ ਅਖੇ ਤੇਰੇ ਕੋਲ ਵਿਸ਼ੇਰਾ ਫਿਰ ਤਾਂ ਮੈਨੂੰ ਵਿਸ਼ੇਰਾ ਦੇ ਦੀ, ਗੱਲ ਹੀ ਕੋਈ ਨਹੀਂ। ਉਹ ਬਈ ਵਿਸ਼ੇਰਾ ਲੈ ਕੇ ਚੜਾ ਕੇ ਆਪਾਂ ਨੀ ਬੋਲੇ 1,00,000 ਦਾ ਸੀ ਕਿ 1,25,000 ਦਾ ਕਿ 1.5 ਦਾ, ਤੇ ਆਪਾਂ ਬਈ ਉਹ ਹੋਣੀ ਉਹਨੂੰ ਆਖਿਆ ਵੀ ਘੋੜੀ ਕਿੰਨੇ ਦੀ ਆ ਬਈ। ਸਾਡੇ ਜਿਹੜੇ ਘੋੜੀਆਂ ਜਿਹੜਾ ਸਾਡਾ ਘੋੜੀਆਂ ਵਾਲਾ ਪਰਿਵਾਰ ਆ ਨਾ, ਸਾਡੇ ਤਾਂ ਦਿਲ ਹੀ ਏਡੇ ਏਡੇ ਪ੍ਰਾਂਤਾਂ ਜਿਹੜੇ ਜਿਹੜੇ, ਸਹੀ ਗੱਲ। ਸਾਨੂੰ ਤਾਂ ਓਨਾ ਚਿਰ ਮੰਨ ਕੇ ਚੱਲ ਨਾ ਸਕੂਨ ਜਿਹਾ ਨਹੀਂ ਆਉਂਦਾ ਜਿੰਨਾ ਚਿਰ ਘਰੇ ਕੋਈ ਹੱਥ ਨੂੰ 10-20 ਜਣੇ ਚਾਹ ਨਾ ਪੀ ਕੇ ਜਾਣ ਜਾਂ ਕੋਈ ਰੋਟੀ ਨਾ ਖਾ ਕੇ ਜਾਣ। ਬਿਲਕੁਲ। ਘੋੜਾ ਬਈ ਨਾ ਜਿਹੜਾ ਘੋੜਾ ਘੋੜੀ ਆ ਇਹ ਦਿਲ ਨਾਲ ਰੱਖੀ ਦਾ, ਪੈਸੇ ਨਾਲ ਨਹੀਂ ਰੱਖਿਆ ਜਾਂਦਾ। ਪੈਸੇ ਤਾਂ ਲੋਕਾਂ ਕੋਲੇ ਯਾਰ ਕਰੋੜਾਂ ਰੁਪਈਆ। ਬਿਲਕੁਲ ਸ਼ੌਂਕ ਦਾ ਮੁੱਲ ਹੀ ਨਹੀਂ ਆ ਬਈ। ਪਰ ਹੁਣ ਬਈ ਥੋੜਾ ਜਿਹਾ ਸਰਕਾਰ ਧੱਕਾ ਕਰ ਚੱਲੀ ਸੀ ਕਿ ਚਲੋ ਭਗਵੰਤ ਮਾਨ ਸਿਆਣਾ ਮੰਨ ਗਿਆ, ਮੇਲਾ ਲਵਾ ਦੂਗਾ। ਠੀਕ ਹੈ। ਜੇ ਕਿਤੇ ਬਈ ਮੇਲਾ ਨਾ ਲੱਗਦਾ ਤੇ ਘੋੜਿਆਂ ਦਾ ਬਈ ਸ਼ੌਂਕ ਖਤਮ ਹੋ ਜਾਣਾ। ਮੁਕਤਸਰ ਮੇਲਾ ਕਹਿੰਦੇ ਕੈਂਸਲ ਹੋ ਗਿਆ ਜੀ। ਜ਼ਰੂਰੀ ਆ ਲੱਗਣਾ ਮੇਲਾ। ਮੇਲਾ ਲੱਗਣ ਨਾਲ ਪਤਾ ਕੀ ਗੱਲ ਹੁੰਦੀ ਆ, ਇੱਕ ਤਾਂ ਨਵੇਂ ਮੁੰਡਿਆਂ 'ਚ ਸ਼ੌਂਕ ਜਾਗਦਾ, ਲੋਕਾਂ ਨੂੰ ਪਤਾ ਲੱਗਦਾ ਸਾਡੇ ਪੰਜਾਬ 'ਚ ਕਿਹੋ ਜਿਹੇ ਜਾਨਵਰ ਆ, ਫਿਰ ਬਈ ਵਪਾਰੀਆਂ ਦਾ ਵਪਾਰ ਵੱਧਦਾ। ਬਿਲਕੁਲ। ਫਿਰ ਉਹਦੇ 'ਚ ਵੇਖ ਤੂੰ ਰੱਸੇ ਪੈੜੇ ਵਾਲਾ ਉਹਦਾ ਘਰ ਚੱਲਦਾ, ਠੇਕੇਦਾਰਾਂ ਦੀ ਰੋਜ਼ੀ ਰੋਟੀ ਆ, ਤੰਬੂਆਂ ਵਾਲਿਆਂ ਦੀ, ਵਾਂਸਾਂ ਵਾਲਿਆਂ ਦੀ, ਜਿਹੜੇ ਉੱਥੇ ਪਾਊਡਰ ਵੇਚਦੇ ਆ ਮੈਡੀਕਲਾਂ ਵਾਲੇ, ਘੱਟੋ ਘੱਟ ਬਈ 10 ਹਿਸਾਬ ਦੇ ਪਰਿਵਾਰ ਪਾਲਦੇ ਆ, 50 ਘਰ ਕਹਿੰਦੇ ਆਪਾਂ ਪਾਲਦੇ ਆ, ਪਤਾ ਹੀ ਨਹੀਂ ਬਈ ਕਿੰਨੇ ਕੁ ਘਰ ਪਾਲਦੇ ਆ। 10 ਹਿਸਾਬ ਦੇ ਤਾਂ ਉੱਥੇ ਬੰਦੇ ਹੀ ਪੈਂਦੇ ਆ ਨਾ, ਜਿਹੜੇ ਕੋਈ ਲਿਖਾਈ ਵਾਲਾ, ਕੋਈ ਬਾਹਰੋਂ ਆਇਆ, ਕੋਈ ਵਪਾਰੀ। ਇਹ ਬਈ ਇਹ ਜੇ ਮੇਲੇ ਲੱਗਣੇ ਜਾਂ ਸ਼ੋ ਹੋਣੇ ਜ਼ਰੂਰੀ ਆ, ਇਹ ਗੱਲ ਕੰਨੀ ਦਾ ਧਿਆਨ ਦੇਣਾ ਚਾਹੀਦਾ ਸਰਕਾਰਾਂ ਨੂੰ। ਮੈਂ ਤਾਂ ਨਾ ਕਬੱਡੀ ਕੱਪ ਵੀ ਹੋਣਾ ਚਾਹੀਦਾ ਆਪਣੇ, ਸਰਕਾਰੀ ਕਬੱਡੀ ਕੱਪ ਬੰਦ ਕਰਾਤਾ। ਬਿਲਕੁਲ। ਉਹ ਫਿਰ ਮੈਨੂੰ ਲੋਕ ਆਖ ਦੇਣਗੇ ਵੀ ਉੱਥੇ ਜਾ ਕੇ ਤੁੱਕ ਖੜ ਜਾਂਦੀ ਆ, ਉਹੀ ਕਰਾ ਗਏ ਜਿਹੜੇ ਕਰਾ ਗਏ ਅਕਾਲੀ ਬਾਈ। ਜੇ ਬਾਈ ਇੱਕ ਗੱਲ ਹੋਰ ਆ, ਆਹ ਸਰਕਾਰ 'ਚ ਤਾਂ ਚਲੋ ਹੈ ਨਾ ਵੀ ਮੰਨ ਕੇ ਚੱਲ ਭਗਵੰਤ ਮਾਨ ਊਂ ਆਪਾਂ ਜੇ ਮਿਲ ਗਏ, ਰਿਕੁਐਸਟ ਕਰ ਦਈਏ ਆਪਣੀ ਗੱਲ ਮੰਨ ਵੀ ਲਓ ਕਬੱਡੀ ਕੱਪ ਦੀ, ਐਡੀ ਵੀ ਨਹੀਂ ਗੱਲ, ਮੈਨੂੰ ਮਾਣ ਵੀ ਆ ਭਗਵੰਤ ਮਾਨ 'ਤੇ, ਗੱਲ ਮੰਨਦਾ ਹਰੇਕ ਦੀ। ਪਰ ਜੇ ਕਿਤੇ ਸੁਖਵੀਰ ਬਾਦਲ ਹੁੰਦਾ ਉਦੋਂ ਤਾਂ ਮੈਂ ਧੱਕੇ ਨਾਲ ਹੀ ਲਵਾ ਦਿੰਦਾ, ਮੈਨੂੰ ਪਤਾ ਉਹ ਮੇਰੇ ਵਰਗੇ ਹੀ ਆ ਜੱਟ। ਬਿਲਕੁਲ। ਜਿਹੜੀ ਗੱਲ ਕਹਿਤੀ ਟੱਟੂ ਪਾਰ ਆ, ਤੇ ਕੀਤੇ ਵੀ ਆ ਬਈ, ਲੋਕ ਲੱਖ ਮਾੜ ਆਖੀ ਜਾਣ, ਕੰਮ ਅਕਾਲੀਆਂ ਨੇ ਵੀ ਕਰੇ, ਕਾਂਗਰਸੀਆਂ ਨੇ ਵੀ, ਕੰਮ ਦੋ ਤਿੰਨ ਭਗਵੰਤ ਮਾਨ ਵੀ ਚੰਗੇ ਕਰ ਗਏ। ਸਹੀ ਗੱਲ। ਥਾਪੀਆਂ ਬਾਈ ਤੁਹਾਡੇ ਹਲਕੇ ਵਾਲਾ ਮੰਤਰੀ ਬਹੁਤ ਮਾਰਦਾ ਸੀਐਮ ਦੀ ਕੁਰਸੀ ਨੂੰ। ਰਾਜਾ ਰਾਜਾ ਬਾਈ ਸੀਐਮ ਬਣੂਗਾ ਤਾਂ ਸੀ, ਪਰ ਐਡੀ ਛੇਤੀ ਨਹੀਂ, ਹਜੇ ਪੈਰ ਥੱਲੇ ਖਿੱਚਣ ਵਾਲੇ ਬਹੁਤ ਆ। ਥਾਪੀਆਂ ਤਾਂ ਬਹੁਤ ਵੱਜਦੀਆਂ, ਟੂਟੀ ਵਾਲੀ ਤਾਂ ਬੰਨਦਾ ਹੈ ਜੇ, ਉਧਰੋਂ ਭਰਜਾਈ ਵੀ ਫੀਲਿੰਗ ਲੈਂਦੀ ਹੈ ਵੀ ਕਿਤੇ ਮੁੱਖ ਮੰਤਰੀ ਦੇ ਘਰਾਂ ਵਾਲੀ ਬਣਾ ਹੈ ਨਾ, ਬਣ ਜੂਗਾ ਬਈ, ਹੌਲੀ ਹੌਲੀ ਟਾਈਮ ਲੱਗੂਗਾ। ਬਿਲਕੁਲ ਬਿਲਕੁਲ, ਇਹ ਤਾਂ ਬਾਈ ਤੁਹਾਡੀ ਸਹੀ ਗੱਲ ਆ, ਟਾਈਮ ਲੱਗਦਾ ਕਿਸੇ ਵੀ ਗੱਲ ਨੂੰ ਹੈ ਨਾ, ਪਰ ਉਹ ਬੰਦਾ ਮੰਨ ਕੇ ਚੱਲ ਹੁਣ ਮਾਲਵੇ 'ਚ ਤਾਂ ਇਹੀ ਸਿਰ ਕੱਢਵਾਂ ਲੀਡਰ ਰਹਿ ਗਿਆ ਨਾ। ਬਿਲਕੁਲ ਸਹੀ ਗੱਲ ਨਹੀਂ ਰਹਿ ਗਿਆ ਹੈ ਨਾ। ਬਾਕੀ ਬਈ ਗੁਰਪ੍ਰੀਤ ਜਿਵੇਂ ਤੁਸੀਂ ਗੱਲਾਂ ਕਰਦੇ ਹੋ ਨਾ ਅੱਜ ਕੱਲ੍ਹ, ਜਿਹੜੀਆਂ ਸੱਚੀਆਂ ਗੱਲਾਂ ਕਹਿਣ ਵਾਲਾ ਬੰਦਾ, ਤੁਹਾਨੂੰ ਕਿਉਂ ਸੁਣਦੇ? ਐਂ ਤਾਂ ਬਈ ਹੁਣ ਮੈਨੂੰ ਕਈ ਆਖ ਦਿੰਦੇ ਹੋ ਹਰੇਕ ਲੀਡਰ ਤੇ ਬੋਲ ਜਾਂਦਾ, ਬਈ ਮੈਂ ਲੀਡਰ ਕਿਸੇ ਪਾਰਟੀ ਤੇ ਬੋਲਦੇ ਨਹੀਂ, ਮੈਂ ਤਾਂ ਹਰੇਕ ਦੀ ਫੇਸ ਵੈਲਿਊ ਤੇ ਬੋਲਦਾ। ਬਿਲਕੁਲ ਸੱਚੀ ਗੱਲ ਬੋਲਦੇ ਹੋ। ਜੇ ਸੁਖਵੀਰ ਬਾਦਲ ਦੀ ਉਹਦੀ ਵੀ ਫੇਸ ਵੈਲਿਊ ਦੱਸੀ ਵੀ ਹੁਣ ਆਹ ਕੰਮ ਕਰੇ ਆ, ਜੇ ਭਗਵੰਤ ਮਾਨ ਆ ਉਹਦੀ ਵੀ ਦੱਸੀ, ਰਾਜੇ ਵਿੜੰਗ ਦੀ ਵੀ ਦੱਸੀ ਆ, ਮਨਪ੍ਰੀਤ ਬਾਦਲ ਦੀ ਵੀ ਦੱਸੀ ਆ, ਜਦੋਂ ਹੁਣ ਕੈਪਟਨ ਨੇ ਆ ਪਿਛਲੇ 5 ਸਾਲਾਂ 'ਚ ਕੰਮ ਹੀ ਨਹੀਂ ਕਰੇ, ਮੈਂ ਕੀ ਗਿਣਾਵਾਂ ਵੀ ਕੈਪਟਨ ਨੇ ਕੀ ਕੰਮ ਕਰੇ। ਇੱਕ ਤੁਹਾਡੀ ਆਪਾਂ ਰਾਜਨੀਤੀ ਦੀਆਂ ਗੱਲਾਂ ਕਰਨ ਲੱਗ ਗਏ ਵਿੱਚ ਹੀ, ਹੁਣ ਵੋਟਾਂ ਸਰਪੰਚ
ਟੈਂਕੀ ਵਾਲੀਆਂ ਵੀ ਨੇੜੇ ਹੀ ਆ ਨਾ ਭਰਾਵਾ ਤੇ ਆਸੇ ਪਾਸੇ ਵਾਲੇ ਫਿਰ ਤਾਂ ਨਹੀਂ ਨਹੀਂ ਆਖੀ ਜਾਣ ਬਈ ਮੈਂ ਹਵਾ ਮੈਂ ਪੰਪ ਲੈਂਦੇ ਹੀ ਨਹੀਂ 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 ਜਿਹੜਾ ਬੋਕੀ ਵਾਲਾ ਮਾਰ ਪੰਪ ਪਿੰਡ 'ਚ ਹੋਰ ਬਹੁਤ ਤਿਆਰ ਹੋਣਗੇ ਹੁਣ ਤਾਂ ਸਾਡੇ ਤਾਂ ਬਹੁਤ ਆ ਸਾਡੇ ਤਾਂ ਮੈਨੂੰ ਲੱਗਦਾ 12-13 ਜਾਣੇ ਮੰਤਰੀ ਬਣ ਕੇ ਪੈਂਦੇ ਆ ਸਾਰੇ ਪਿੰਡਾਂ 'ਚ ਕੀ ਲੈਣਾ ਬਈ ਸਰਪੰਚੀ ਆਪਾਂ ਆਪਦਾ ਘਰੇ ਵਧੀਆ ਹਨਾ ਤੇ ਮੈਂ ਤਾਂ ਹਰੇਕ ਨੂੰ ਆਣਾ ਵੀ ਸਰਪੰਚੀ ਭਰਾਵਾ ਸਰਪੰਚੀ ਵੀ ਉਹਦੀ ਆ ਜਿਹਦੇ ਕੋਲ 70-80 ਕਿੱਲੇ ਪੈਲੀ ਆ 5-7 ਕਿੱਲੇ ਵਾਲੇ ਦੀਆਂ ਬਈ ਕਾਹਦੀਆਂ ਸਰਪੰਚੀਆਂ ਜਾਇਦਾਦਾਂ ਵਿਕ ਜਾਂਦੀਆਂ ਇਹ ਕੰਮ 'ਚ ਬਿਲਕੁਲ ਬਿਲਕੁਲ ਕਿ ਨਹੀਂ ਪੈਸਾ ਥੋੜਾ ਲੱਗਦਾ ਬਈ ਯਾਰ ਬਹੁਤ ਬਈ ਬਹੁਤ ਹੈ ਆਹ ਜਿਹੜਾ ਕੋਈ ਝੋਨਾ ਝਾਨਾ ਜਾਂ ਵੇਚਿਆ ਤਾਂ ਖੀਰਿਆਂ ਦੇ ਟਮਾਟਰਾਂ 'ਚ ਹੀ ਟੱਪ ਜਾਂਦਾ ਹੁਣ ਤਾਂ ਯਾਰ ਬਈ ਇਹ ਕੰਮ ਵੀ ਗਿਆ ਹੁਣ ਤਾਂ ਨਾਲ 2-3 ਦਿਨ ਪਹਿਲਾਂ ਤਾਂ ਨਾਲ ਪੈਸਾ ਵੀ ਵੰਡਣ ਭਾਲਦੇ ਵੱਡੀਆਂ ਵੋਟਾਂ ਵਾਂਗੂ ਨਾਲ ਮੀਟ ਹੁਣ ਤਾਂ ਬਈ ਹੁਣ ਤਾਂ ਔਰਤਾਂ ਵੀ ਭਾਲਦੀਆਂ ਬਈ ਬੰਦਿਆਂ ਨੂੰ ਪਿਆਉਣੇ ਤੇ ਸਾਨੂੰ ਹਾਂ ਬਈ ਬਈ ਹੱਕ ਵੀ ਆ ਹਾਂ ਹੱਕ ਵੀ ਉਹਨਾਂ ਦੀ ਕਿਹੜਾ ਫਿਰ ਵੋਟ 'ਚੋਂ ਮੁਸ਼ਕ ਮਾਰਦਾ ਜਦੋਂ ਉਹਨਾਂ ਨੂੰ ਤਾਂ ਮੰਨ ਕੇ ਚੱਲ ਹਨਾ ਮੈਂ ਤਾਂ ਫਿਰ ਉਹਨਾਂ ਨੂੰ ਵੀ ਵਾਈਨ ਚਾਹੀਦੀ ਆ ਬਾਹਰਲੇ ਮੁਲਕ 'ਚ ਜਿਵੇਂ ਗੋਰੀਆਂ ਨਹੀਂ ਪੀਂਦੀਆਂ ਚੁਸਕਾ ਲੈਂਦੀਆਂ ਉਵੇਂ ਫਿਰ ਔਰਤਾਂ ਨੂੰ ਵੀ ਵਾਈਨ ਹੀ ਪਿਆਉਣੀ ਚਾਹੀਦੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਬਈ ਬਾਈ ਗੁਰਪ੍ਰੀਤ ਤੇਰੇ ਕੋਲ ਅਸੀਂ ਅੱਜ ਆਏ ਸਾਨੂੰ ਬਹੁਤ ਵਧੀਆ ਲੱਗਿਆ ਬਾਈ ਨਹੀਂ ਨਹੀਂ ਬਈ ਆਪਣੇ ਕੋਲੇ ਤਾਂ ਬਈ ਮੈਂ ਤੇਰੇ ਕੈਮਰੇ ਦੇ ਥਰੂ ਵੀ ਆਣਾ ਵੀ ਮੇਰੇ ਕੋਲੇ ਕੋਈ ਬੰਦਾ ਆਵੇ ਜਦੋਂ ਮਰਜ਼ੀ ਇੱਕ ਨਾ ਬਈ ਮੈਂ ਹੁਣ ਦਿਨ ਵੀ ਰੱਖਦਾ ਮੇਰਾ ਇਰਾਦਾ ਨਾ ਸੰਡੇ ਰੱਖੂਗਾ ਘਰੇ ਦਿਨ ਕਿਉਂਕਿ ਸੰਡੇ ਨੂੰ ਨਾ ਹਰੇਕ ਮੁਲਾਜ਼ਮ ਵਰਗ ਨੂੰ ਜਾਂ ਬੱਚਿਆਂ ਨੂੰ ਹੁੰਦੀ ਛੁੱਟੀ ਮੈਨੂੰ ਹਰੇਕ ਬੰਦੇ ਨੇ ਮਿਲਣ ਆਉਣਾ ਹੁੰਦਾ ਮੈਂ ਐਤਵਾਰ ਦਾ ਦਿਨ ਘਰੇ ਪੱਕਾ ਹੀ ਰੱਖ ਦਿੰਦਾ ਠੀਕ ਹੈ ਮੈਂ ਸਾਡਾ ਵਿਚਾਰ ਚੱਲੀ ਜਾਂਦਾ ਮੇਰਾ ਤੇ ਮੇਰੇ ਬ੍ਰਦਰ ਦਾ ਵੀ ਆਪਾਂ ਇੱਕ ਦਿਨ ਯਾਰ ਰੱਖੀਏ ਹਨਾ ਬਾਕੀ ਪਰਿਵਾਰ ਨੂੰ ਬਾਈ ਉਦੋਂ ਨਾ ਥੋੜੀ ਜਿਹੀ ਨਾ ਬਹੁਤ ਸ਼ਰਮ ਮਹਿਸੂਸ ਹੁੰਦੀ ਆ ਜਦੋਂ ਬੰਦੇ ਨਾ ਬਾਹਰ ਚੋਂ ਆ ਕੇ ਮੁੜ ਜਾਂਦੇ ਉਹ ਤਾਂ ਘਰੇ ਖਰ ਡਿਊਟੀ ਲਾਈ ਆ ਮਾਤਾ ਦੀ ਤੇ ਪਿਤਾ ਦੀ ਵੀ ਹਰੇਕ ਨੂੰ ਚਾਹ ਪਾਣੀ ਰੋਟੀ ਟੁੱਕ ਖਵਾ ਕੇ ਤੋਰਨਾ ਪਰ ਫਿਰ ਵੀ ਯਾਰ ਹਨਾ ਮੈਨੂੰ ਆਪ ਨੂੰ ਸ਼ਰਮ ਜੀ ਆਉਂਦੀ ਆ ਵੀ ਯਾਰ ਅਗਲਾ ਜਾਂਦਾ ਗਾਲਾਂ ਨਾ ਕੱਢਦਾ ਜਾਵੇ ਬਈ ਆਪਾਂ ਏਡੇ ਕਿੱਡੇ ਕੰਮ ਮੈਂ ਬਈ ਕਦੇ ਐਟੀਟਿਊਡ ਤਾਂ ਨਾ ਹੀ ਤਾਂ ਲਿਆ ਤੇ ਨਾ ਹੀ ਲੈਣਾ ਬਿਲਕੁਲ ਬਈ ਕੁਦਰਤ ਤੁਸੀਂ ਦੇਖਦੇ ਹੋ ਕਿੱਡੀ ਵੱਡੀ ਆ ਕਿੱਥੇ ਰੌਣਕਾਂ ਲੱਗਣ ਲਾ ਆਉਂਦੀ ਕੋਈ ਪਤਾ ਬਈ ਹਾਂ ਇਹ ਮਹਾਰਾਜਾ ਪਰਮਾਤਮਾ ਇਹ ਤਾਂ ਬਈ ਕਲਰਾਂ 'ਚ ਮੇਲੇ ਲੱਗਣ ਲਾ ਆਉਂਦਾ ਕਿ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਤੇ ਗੁਰਪ੍ਰੀਤ ਬਾਈ ਬਹੁਤ ਬਹੁਤ ਸ਼ੁਕਰੀਆ ਨਹੀਂ ਨਹੀਂ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਦੇਸ਼ ਮਾਲਵਾ ਦੇ ਨਾਲ ਤੁਸੀਂ ਜੁੜੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਈ ਸੋ ਦੋਸਤੋ ਜੁੜੇ ਰਹੋ ਇਸੇ ਤਰ੍ਹਾਂ ਹੀ ਹੋਰ ਹਸਤੀਆਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ